पूरी खोते हुए इधर पूरी खोते हमारा भी भेज देना खोते हुए इधर कस्मे हो जे बंदे खत्म ते जाके भी ना कोई आइटम करके फल मंगदे है के बाजी मार के आवांगा मेनू किन्नू दे दी एदी फ्रिज चुको फ्रिज च साइकिल भी खलोता हुंदा वा ओके जी अस्सलाम वालेकुम जी नाल जी बौंतर टाइप करैक्टर होंगे जेडे हसी जाते असि अजो हुए अच्छा कोई गल नहीं है भी हसी जा रहे नहीं गल है असल च नादरीन मैं तुम दसदा यार की गल आ आ दोवें ना लड़दे सवेर दा नू छेड़न दे आ तू आप दस दे की कहंदे नादरीन उन्होंने शिकायत ला दरा दस चवल है उस्ताद जी इस तो बड़ी गल जड़ी उन्होंने वो दस जेड़ा उन्होंने नहीं पता उस्ताद जी मैं लेटे आ वा उठा के मैनू भैन बुलाण दे आ मैं अंदर गया तुहाडे कोल उस्ताद जी की गल खैर मैं आ गया बाहर किसे बुलाया ही नहीं ए केड़ा चीज़ होया फिर मैनू कहंदा जी तैयार हो जल्दी भैन कहंदे शो करना हैगा ठीक है जेहो जिहा बाबा ओहो जिही बकरियां असीं भी कह सकदे जेहो जिहा धोबी ओहो जिहा कुत्ता कुत्ता वफादार हुंदा ही सही गल वैसे वादा वा जिन्ना मर्जी लड़ रहे रेंदे भी लैदा लैदा ही ने कसम इहनां दा वादा अच्छा बोल के ना दस मिनट अग च लड़के बज फिर इको मिको होंदे ही नहीं इहनां दा हले इतफाक च गुत्थम गुत्था होना नहीं देखिया हाँ इहनां दी तुसीं हले इतफाक च लैदियां नहीं देखियां भाई इहनां दा एका इट कुत्ते दा वैर आ ਮਾਸ਼ਾਅੱਲਾ ਫਰੀਦ ਆਇਆ ਅੱਲਾ ਜਾਣਦਾ ਕਦੇ ਨੀ ਦਿਲ ਤੇ ਚੜਿਆ ਜਾਨਵਰ जैनवर कहने यार फरीद मेरा दिल ही नहीं करता मैं यूट्यूब करा मैं कुछ करा मेरा दिल करता मैं घर बैठा रवा सुता रवा ठीक है अच्छा चलो ठीक है तो बाद नहीं देने घर बह जाओगा कुत्ते दे कट ले पैसे कुत्ते दे पैसे कट ले 30-35 हज़ार रुपया अल्लाह की कसम यार नंगी तस्वीर रोजियां च की मतलब बस करिया करो उस्ताद नादरीन लाइ मेरी गल सुन लो यार मेरी गल सुन नादरीन एक मिनट पता फैसला बाद पालन दे जड़ी हूं तंग है जानी सब तंग है अकाउंट नंबर भेजो 20,000 करता 30,000 करता 40 करता ना मैं तुहानू कहा कुत्ता लवो ना मैं तुहानू कुछ कहा तुसी इत्थों तंग सी यार फैसले दा की करिए मैं उस्ताद जी मेरे वल रख लो ते भेजे ते 35,000 रुपया कट पंजी कटे मेरे वालों तो 35 गया ना अगले बारी कटना सोचना भी ना कदे उस्ताद जी सोचना नहीं मैं जैनवन गया मैं अर्जी भी नहीं सोचिया मैं कट लिया मसर चोल मैं खवाए सी बस करो।
ਮੇਰੇ ਮਸਰੋ ਲੈ ਯਾਰ ਯਾਰ ਮੈਂ ਦੱਸਦਾ ਇੱਕ ਮਿੰਟ ਨਾਜ਼ਰੀਨ ਤੁਹਾਨੂੰ ਮੈਂ ਦੱਸਦਾ ਪਹਿਲੀ ਤਾਂ ਗੱਲ ਆ ਉਹ ਡੋਗ ਜਿਹੜਾ ਨਾ ਸੂਜ਼ੀ ਸੀ ਇਹਨਾਂ ਦਾ ਨਾਂ ਉਹ 35,000 ਵਾਲਾ ਹੈ ਹੀ ਨਹੀਂ ਸੀ ਉਹ ਕਮ ਅਜ਼ ਕਮ 60-65,000 ਵਾਲਾ ਸੀ ਇਹ ਬੰਦਾ ਇਸ ਚੀਜ਼ ਨੂੰ ਮੰਨੇਗਾ ਕਿਉਂਕਿ ਉਹ ਨਾ ਉਹ ਸੀ ਫੀਮੇਲ 10-15,000 ਜ਼ਿਆਦਾ ਮਹਿੰਗੀ ਹੁੰਦੀ ਇਹਦੇ ਨਾਲੋਂ ਮਤਲਬ ਇਹਦੇ ਜਿਹੜਾ ਉਹ ਜਰਮਨ ਸ਼ੈਫਰਡ ਨਹੀਂ ਰੱਖਿਆ ਉਹਦੇ ਨਾਲੋਂ 10-15,000 ਜ਼ਿਆਦਾ ਮਹਿੰਗੀ ਹੁੰਦੀ ਠੀਕ ਆ ਜੀ ਉਹ ਬੰਦਾ ਮੇਰੇ ਨਾਲ ਪਿਆਰ ਕਰਦਾ ਮੁਹੱਬਤ ਕਰਦੇ ਨੇ ਉਹ ਜਿਹੜੇ ਕੀ ਨਾਂ ਉਹਨਾਂ ਦਾ ਰਜ਼ਾ ਭਾਈ ਠੀਕ ਆ ਜੀ ਉਹਨਾਂ ਨੇ ਕਿਹਾ ਜਾਨੀ ਭਾਈ ਤੁਸੀਂ ਜੋ ਮਰਜ਼ੀ ਦੇ ਦੇਣਾ ਮੈਂ ਕਹਿਣਾ ਜੀ ਤੁਹਾਨੂੰ ਜਿੰਨੇ ਦੀ ਪੈਂਦੀ ਹੈ ਤੁਸੀਂ ਲੈ ਲਓ ਠੀਕ ਆ ਉਹ ਕੁੱਤੀ ਮੰਡੀਓ ਲਿਆਉਂਦੇ ਆ ਨਹੀਂ ਨਹੀਂ ਕੁੱਤੀ ਪੈਂਦੀ ਹੁੰਦੀ ਆ ਨਹੀਂ ਵੀ ਜਿੰਨੇ ਦੀ ਪੈਂਦੀ ਵੀ ਜਿੰਨੇ 'ਚ ਤੁਹਾਨੂੰ ਆਈ ਆ ਜਿੰਨੇ 'ਚ ਤੁਹਾਨੂੰ ਆਈ ਆ ਉਹਦੇ ਵਾਲਦੈਨ ਵੀ ਉਹਨਾਂ ਦੇ ਕੋਲ ਸੀ ਉਹਨਾਂ ਦੇ ਘਰ ਉਹਦੀ ਜਾਇ ਪਦੈਸ਼ ਹੋਈ ਉਹਨਾਂ ਨੇ ਅੱਗੋਂ ਥੋੜ੍ਹੀ ਜਿਹੀ ਜਦੋਂ ਹੋਈ ਕਰਾ ਗੁਗਲੂ ਮੁਗਲੂ ਉਹਨਾਂ ਨੇ ਮਿੰਨ ਦਿੱਤੀ ਉਹਨਾਂ ਨੇ 35,000 ਰੁਪਏ ਮੇਰੇ ਕੋਲ ਲਿਆ ਜੀ ਰਹਿਤ ਕਰਕੇ ਮਤਲਬ ਜਿਸ ਭਾਅ ਉਹਨਾਂ ਨੂੰ ਪਈ ਨਾ ਉਸੇ ਭਾਈ ਉਹਨਾਂ ਨੇ ਮਿੰਨ ਦਿੱਤੀ ਠੀਕ ਆ ਜੀ ਹੁਣ ਇਹ ਗੱਲ ਨਹੀਂ ਕਿ ਉਹ 35 ਦੀ ਹੈ ਇਹ ਨਹੀਂ ਮਾਰਕੀਟ ਵੈਲਿਊ ਨਾ 50,000 ਤੋਂ ਉੱਤੇ ਦੀ ਇੱਥੇ ਲਿਆਂਦੀ 5-7,000 ਰੁਪਏ ਦਾ ਉਹਦਾ ਕੇਚ ਯੇ ਵੋ ਸਾਰਾ ਕੁਛ ਉਹ ਵੀ ਇੱਥੇ ਸੀ ਠੀਕ ਆ ਜੀ ਉਹਦੇ ਉਹਦੇ ਖਾਣ ਵਾਲੇ ਬਿਸਕੁਟ ਸ਼ਿਸਕੁਟ 8-10,000 ਰੁਪਏ ਦਾ ਵੀ ਸਮਾਨ ਸੀ ਇੱਥੇ ਜਨਾਬ ਜੀ ਉਹ ਆਈ ਉਹਨੇ ਇੱਥੇ ਉਹ ਫਿਰ ਰਹੀ ਆ ਅਤੇ ਤੁਹਾਡੇ ਸਾਹਮਣੇ ਮਤਲਬ ਕਦੀ ਬਿਮਾਰ ਹੋ ਗਈ ਕਦੀ ਕੁਛ ਕਦੀ ਮੈਂ ਕਿਹਾ ਯਾਰ ਫੈਸਲ ਇੱਥੇ ਰਹਿ ਨਹੀਂ ਪਾ ਰਹੀ ਕਹਿੰਦਾ ਸਾਜੀ ਇਹਨੂੰ ਮੈਂ ਲੈ ਜਾਂਦਾ ਵਾਂ ਯਾਨੀ ਬਾਹਮੀ ਮਸ਼ਵਰੇ ਨਾਲ ਕਿ ਵੀ ਮੈਂ ਇਹਨੂੰ ਘਰ ਲੈ ਜਾਂਦਾ ਵਾਂ ਉੱਥੇ ਠੀਕ ਹੋ ਜਾਏਗੀ ਅੱਗੇ ਵੀ ਇੱਕ ਵਾਰੀ ਬਿਮਾਰ ਹੋਈ ਰਜ਼ਾ ਭਾਈ ਨੇ ਦਿੱਤੀ ਠੀਕ ਹੋਈ ਉਹਨਾਂ ਨੂੰ ਵਾਪਸ ਦੇ ਦਿੱਤੀ ਇੱਥੇ ਆ ਕੇ ਫਿਰ ਬਿਮਾਰ ਹੋ ਗਈ ਇਹ ਭਾਈ ਉਹਨੂੰ ਲੈ ਗਏ ਮੈਂ ਕਿਹਾ ਯਾਰ ਫੈਸਲ ਤੂੰ ਲੈ ਜਾ ਹੁਣ ਲੈ ਗਏ ਹੁਣ ਇਹਦੀ ਮੇਰੀ ਐਸੀ ਕੋਈ ਗੱਲ ਨਹੀਂ ਹੋਈ ਵੀ ਇਹ ਮੈਂ ਤੈਨੂੰ ਗਿਫਟ ਕਰਤੀ ਮੈਂ 35-30 ਤੇ ਕੁਰਬਾਨ ਕਰ ਐਸੀ ਕੋਈ ਗੱਲ ਨਹੀਂ ਹੋਈ ਇਹਨੂੰ ਵੀ ਪਤਾ ਇਹਨੇ ਰੱਖੜੀ ਨਹੀਂ ਸੀ ਇਹਨੇ ਰੱਖੜੀ ਹੁੰਦੀ ਆਪ ਲੈਂਦਾ ਇੱਥੇ ਮਸਲਾ ਬਣਿਆ ਤੇ ਇਹ ਘਰ ਲੈ ਕੇ ਗਿਆ ਠੀਕ ਹੈ ਜੀ ਇਹਨੇ ਘਰ ਜਾ ਕੇ ਉਹਦੇ ਤੇ ਮੱਲ ਮਾਰ ਲਈ ਠੀਕ ਹੈ ਜੀ ਹੁਣ ਡੇਢ ਮਹੀਨਾ ਹੋ ਗਿਆ ਮੈਂ ਕਹਿ ਰਿਹਾ ਯਾਰ ਉਹ 35,000 ਰੁਪਇਆ ਮੈਂ ਉਹਦਾ ਦਿੱਤਾ ਵਾ ਤੇ ਯਾਰ ਤੇ ਮਤਲਬ ਅੱਗੇ ਇਹਨੂੰ ਮੈਂ ਫਿਰ ਕਿਹਾ ਮੈਂ ਕਿਹਾ ਆਪਾਂ ਓਐਲਐਕਸ 'ਤੇ ਲਾ ਕੇ ਵੇਚ ਦੇਣਾ ਨਹੀਂ ਉਸਤਾਦ ਜੀ ਜਾਂ ਤੈਨੂੰ 35,000 ਦੇ ਦੇਵੇ ਕਵੇ ਕਿ ਸਾਜੀ ਚਲੋ ਠੀਕ ਆ ਜਾਂ ਕਵੇ ਕਿ ਸਾਜੀ ਉਹਦਾ ਕੀ ਕਰਨਾ ਕੁਛ ਤੇ ਕਵੇ ਇਹ ਚੁੱਪ ਹੁਣ ਮੈਂ 35,000 ਦਿੱਤਾ ਇੱਕ ਮਿਸਾਲ ਆ ਲਓ ਜੀ ਉਹ ਉੱਧਰ ਮੈਂ ਸ਼ੋਅ 'ਚ ਕਿਹਾ ਫਿਰ ਮੈਂ ਕਿਹਾ ਭਾਈ ਉਹ 35,000 ਰੁਪਇਆ ਦਿਓ ਬਿਲਕੁਲ ਸਹੀ ਨਹੀਂ ਵੀ ਬਣਦਾ ਨਹੀਂ 35 ਨਹੀਂ ਬਿਲਕੁਲ ਸਹੀ ਉਸਤਾਦ ਮੈਂ ਤੇਰੇ ਕੋਲ ਗਿਫਟ ਕੀਤੀ ਆ ਮੈਂ ਤੇਰੇ ਕੋਲ ਕਿਹਾ ਵੀ ਫੈਸਲਾ ਤੂੰ ਲੈ ਜਾ ਤੇਰੀ ਹੋ ਗਈ 35 ਵੀ ਤੈਨੂੰ ਛੱਡਿਆ ਮੈਂ ਕਿਹਾ ਇੱਦਾਂ ਨਾਰਮਲ ਚੀਜ਼ ਦਾ ਹੋਰ 36 ਚੀਜ਼ਾਂ ਤੁਸੀਂ ਲੈ ਕੇ ਜਾਂਦੇ ਆ ਤੇਰੇ ਮੂੰਹ ਤੇ ਨੂਰ ਉੱਡਿਆ ਪਿਆ ਵਾ ਕਿੱਡਾ ਮੋਗੇ ਵਰਗਾ ਮੂੰਹ ਵਾ ਮਰਨਾ ਤੂੰ ਪਤਾ ਨੀ ਕਿੱਦਾਂ ਮੇਰੇ ਨਾਲ ਬਾਲਕ ਕਿਸੇ ਨੂੰ ਬਾ ਕੇ ਵੇਖ ਲੈ ਕਿਸੇ ਉਹਨੂੰ ਬਾਲਾ ਉਹ ਤੇਰੇ ਨਾਲ ਬਾ ਤੇ ਲਈਏ ਕੋਈ ਰਾਜ਼ੀ ਨੀ ਤੇਰੇ ਨਾਲ ਬਹਿਣ ਤੇ ਗੱਲ ਸੁਣ ਲਓ ਅੱਜ ਵੀ ਅਲਹਮਦੁਲਿਲਾ ਨਹੀਂ ਤੂੰ 35 ਤੋਂ 45 ਅੱਛਾ ਜੀ ਇਹਨੇ ਕਿਹਾ ਜੀ ਉਸਤਾਦ ਜੀ ਉਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕੀਤੀ ਸ਼ੋਅ ਕੀਤਾ ਗੱਲ ਮੁੱਕ ਗਈ ਇਹਨਾਂ ਨੇ ਮੈਨੂੰ ਇੱਕ ਮੈਸੇਜ ਕੀਤਾ ਭਾਈ ਨੇ ਹਾਂਜੀ ਕੀਤਾ ਇਹਨਾਂ ਨੇ ਪੂਰਾ ਨਾ ਇੰਜ ਕੀਤਾ ਢਿੱਡ ਚੁੱਕ ਕੇ ਮੈਨੂੰ ਮੈਸੇਜ ਕੀਤਾ ਆਹੋ ਮੈਨੂੰ ਪਤਾ ਇਹ ਚੁੱਕ ਕਰਦਾ ਇਹਨੇ ਐ ਉਸਤਾਦ ਜੀ ਤੁਸੀਂ ਨਾ ਇਸ ਤਨਖਾਹ ਦੇ ਵਿੱਚੋਂ ਨਾ 35,000 ਰੁਪਏ ਸੂਜੀ ਦਾ ਕੱਟ ਲੈਣਾ ਹਾਲੇ ਵੀ ਪਿਆ ਮੈਸੇਜ ਮੈਂ ਕੀਤਾ ਮੈਂ ਕਦੋਂ ਕਹਿਣ ਨੇ ਠੀਕ ਹੈ ਜੀ ਬਈ ਗੱਲ ਤੇ ਤੁਸੀਂ ਯਾਨੀ ਕਿ ਮਹਿਣੇ ਮਾਰਨ ਦੇ ਉਸਤਾਦ ਜੀ ਲੋ ਜੀ ਤੂੰ ਵੀ ਉਹ ਵੀ ਗੱਲਾਂ ਕਰ ਰਿਹਾ ਉਹ ਵੀ ਗੱਲਾਂ ਸਾਰੇ ਮੈਂ ਕਿਦੋਂ ਕੀਤੀ ਟਗੜੇ ਦੀਆਂ ਗੱਲਾਂ ਕਰਦੇ ਦੇਓ 35 ਦੇ 35 ਦੇ 35 ਉਸਤਾਦ ਉਦਾਸ ਪਿਆ ਵਾ 35 ਦੇ ਉਸਤਾਦ ਖਾਣ ਕੁਛ ਨਹੀਂ ਰਿਹਾ 35 ਦੇ ਉਸਤਾਦ ਪਰੇਸ਼ਾਨ ਆ 35 ਦੇ ਨਾਲੇ ਤੁਸੀਂ ਕਹਿੰਦੇ 25 ਕਟਿਆ ਆਹੋ 35 ਕਟਿਆ ਵਾ ਭਰਾਵਾ 25 ਕਟਿਆ ਮੈਂ ਤਾਂ ਕੱਲ ਦਾ 35 ਕੱਟ ਕੇ 10 ਹੀ ਕਰਦਾ ਬਾਹਰ ਜਿਮਨਾਸਟਿਕ ਕਰ ਰਿਹਾ ਯਾਰ ਤੂੰ ਅੱਛਾ ਜੀ ਤੁਸੀਂ ਤੁਸੀਂ ਪੈਸੇ ਭਾਜੀ ਸੁਣੋ ਇਹਨਾਂ ਨੇ ਕਿਹਾ ਜੀ 35 ਕੱਟ ਲੈਣਾ ਮੈਂ ਅੱਗੇ ਇੱਕ ਮੈਸੇਜ ਕੀਤਾ ਓਕੇ ਹਾਂ ਪੜਦਾ ਜੀ ਪੜਦਾ ਠੀਕ ਹੈ ਫਰੀਦਬਾਲ ਅੱਛਾ ਅੱਗੇ ਪਿੱਛੇ ਨਹੀਂ ਅੱਗੇ ਪਿੱਛੇ ਨਹੀਂ ਕਰੀ ਯਾਰ ਤਮੀਜ਼ ਨਾਲ ਮੈਨੂੰ ਅੱਛਾ ਹੁਣ 35 ਅੱਛਾ ਹੁਣ 35 ਕੱਟਣਾ ਸੀ ਨਾ ਮੈਂ ਫੇਰ ਵੀਰ ਰਹਿਮ ਦਿਲੀ ਕੀਤੀ ਉਹ ਕੀ ਉਹਨੂੰ ਕਹਿੰਦੇ ਰਹਿਮ ਕੀਤਾ ਇਹਦੇ ਨਹੀਂ ਖੋਦ ਲਫ਼ਜ਼ ਰਹਿਮ ਸਿਲਾ ਰਹਿਮੀ ਮੈਂ ਸਿਲਾ ਰਹਿਮੀ ਕੀਤੀ ਮੈਂ 25 ਕੱਟਿਆ ਮੈਂ ਕਿ 10 ਅਗਲੀ ਵਾਰੀ ਕੱਟ ਲਾਂਗਾ ਹੁਣ ਅਗਰ ਮੈਂ 35 ਕੱਟਿਆ ਹੁੰਦਾ ਦੱਸੋ ਕੀ ਹਾਲ ਹੋਣਾ ਕੋਈ ਨੀ ਤੂੰ ਇੰਨੀਆਂ ਕੁੱਤਿਆਂ ਚੋਂ ਦਿਹਾੜੀਆਂ ਲਾਈਆਂ ਇੱਕ ਅੱਧੇ ਨਾਗ ਚੋਂ ਘੱਟ ਗਏ ਤੇ ਕਿਹੜੀ ਗੱਲ ਅੱਲਾ ਜਾਣਦਾ ਇੰਨੇ ਤੂੰ ਇੰਨੇ ਕੁੱਤੇ ਵੇਚੇ ਅੱਛਾ ਉਹ ਜਿਹੜਾ ਜਾਨਵਰ ਇਹਦੇ ਘਰ ਪਿਆ ਵਾ ਉਹ ਜਿਹੜਾ ਜੱਜੀ ਦੀ ਗੱਲ ਕਰ ਰਿਹਾ ਉਹ ਅੱਜ ਵੀ 55-60 ਦਾ ਵਾ ਜਿੱਥੇ ਮਰਜ਼ੀ ਵੇਚ ਲਵੇ ਇਹਨੂੰ ਕਹਿ ਕੇ ਕਵੇ ਕਿ ਉਹ 35 ਦਾ ਵਾ ਇੱਕ ਮਿੰਟ ਉਹ ਵਿਕ ਗਿਆ ਆਲਰੇਡੀ ਨਹੀਂ ਨਹੀਂ ਉਹ 50 ਦੇ ਉੱਤੇ ਦਾ ਨਹੀਂ ਹੈਗਾ ਸਾਜੀ ਇੱਕ ਮਿੰਟ 50 ਦੇ ਉੱਤੇ ਦਾ ਹੈਗਾ ਕਿ ਨਹੀਂ ਹੈ 50 ਦੇ ਉੱਤੇ ਦਾ ਕੀਮਤ ਹੀ ਕੋਈ ਨਹੀਂ ਆ
क्योंकि मेरे बच्चों को पसंद है। रजा भाई ने ना उस्ताद जी दिता कहना यार फैसल मैं नहीं पैसों का कहना अल्लाह मेरा जानता फरीद मैं 35,000 रुपया कड के दिता मैं 35,000 रुपया रख उस्ताद जी आसान करता मेरे डुब के मर जा बांके मियां बस कर दे डुबना है ही नहीं उन्हें डुब के मर जा किड्डे तेरे मैं तुहानू दसदा नादरण ते मेरी गल सुनना जरा तुसीं गल ए आ इहदा काम की आ इहनू एक चीज़ पसंद आ गई इन्हें आना मेरे को इन्हें आके मैंने कहना उस्ताद जी वो ना एक चीज़ कुत्ता बहुत जर्मन शेफर्ड तुहानू मैं लैके देना बस ये वो बस उस्ताद जी मैं तुहानू फ्री वाले साहब ये वो मैं कहना ठीक है हुण 10-15 दिन बाद जदों आउंदी चीज़ पहले इधर आउंदी आ इधर आके ओ 2-4-5 हज़ार खर्चा करवाउंदा वा आ लै उस्ताद जी आ लै उस तो बाद इहनू पता वा कि उस्ताद नहीं रख सकदा इहनू पता कि इत्थे नहीं गेम हैगी है हाँ जी फिर 5 दिन बाद जा अच्छा हुण इहने गेम की पाई आ देखना जरा ਉਹਨੂੰ ਠੰਡਾ ਦੁੱਧ ਪਿਆ ਰਿਹਾ ਸਰਦੀਆਂ 'ਚ ਮੈਂ ਪੁੱਛਿਆ ਕਿ ਤੂੰ ਫਰਿੱਜ 'ਚੋਂ ਕੱਢ ਕੇ ਠੰਡਾ ਉਹ ਸੌਰ ਵੀ ਨਾ ਜਾਂ ਜਾਂ ਉਹਨੂੰ 2-3 ਦਿਨ ਠੰਡੀਆਂ ਚੀਜ਼ਾਂ ਖਵਾਈਆਂ ਉਹ ਬਿਮਾਰ ਹੋ ਗਈ ਉਸਤਾਦ ਜੀ ਬਿਮਾਰ ਹੋ ਗਈ ਮੈਂ ਲੈ ਜਾਣਾ ਘਰ ਲੈ ਗਿਆ ਇਸ ਤਰ੍ਹਾਂ ਹੀ ਉਸਤਾਦ ਜੀ ਉਹ ਜਦੋਂ ਬਿਮਾਰ ਹੋਈ ਉਹਦੇ 8,000 ਰੁਪਇਆ ਲੱਗਾ ਤੇਰੇ ਘਰ ਹੀ ਲੱਗਾ ਤੇਰੇ ਘਰ ਹੀ ਲੱਗਾ ਉਹ ਮੈਂ ਤੁਹਾਡੇ ਕੋਲੋਂ ਨਹੀਂ ਲਿਆ ਤੇ ਤੇਰੇ ਘਰ ਹੀ ਲੱਗਾ ਮੇਰੇ ਘਰ ਕਿੱਥੋਂ ਲੱਗਾ 8,000 ਰੁਪਇਆ ਮੇਰੇ ਘਰ ਨਹੀਂ ਲੱਗਾ ਨੀਰੋ ਬਿਆਨ ਦੇ ਟੀਕੇ ਲਵਾਏ ਉਹ ਇੱਕ ਟੀਕਾ ਉਹ ਮੁੰਡਾ ਆ ਕੇ ਫ੍ਰੀ ਲਾ ਕੇ ਗਿਆ ਵਾ ਉਹ ਤੁਹਾਡਾ ਫੈਨ ਆ ਜਿਹੜਾ ਓਏ 3200 ਰੁਪਏ ਦਾ ਟੀਕਾ ਹੀ ਉਹ ਜਿਹੜਾ ਲਾ ਕੇ ਜਾਂਦਾ ਬਸ ਕਰ ਦੋ 3200 ਵੈਕਸੀਨੇਸ਼ਨ ਜਿਹੜੀ ਕਰਕੇ ਜਾਂਦਾ ਉਹ 2 ਵਾਰੀ ਆ ਕੇ ਤੇ ਕਰ ਗਿਆ ਉਹਨੂੰ ਮੈਂ ਕਿਹਾ ਕੋਈ ਪੈਸਾ ਨਹੀਂ ਲੜਿਆ ਯਾਰ ਤਾਂ ਠੀਕ ਮੇਰੇ ਸਾਹ ਦਾ ਮੇਰੇ ਮਾਈ ਬਾਪ ਹੈਗੇ ਉਹਨਾਂ ਦੇ ਓਏ ਓਏ ਓਏ8,000 ਲਵਾਤਾ ਇੱਕ ਤੋਲੀਆ ਵੀ ਘਰ ਰੱਖ ਲਾ ਇੱਥੇ ਬੈਠਾ ਤੇ ਇਹਨੇ ਲਿਖਿਆ ਸੀ 35,000 ਰੁਪਇਆ ਨੈਕਸਟ ਸੈਲਰੀ 'ਚ ਕੱਟ ਲੈਣਾ ਮੈਂ ਨੈਕਸਟ ਸਮਝਿਆ ਜਿਹੜੀ ਇਸ ਤੋਂ ਅਗਲੀ ਹੈ ਮੈਂ ਇਹ ਸਮਝਿਆ ਇੱਥੇ ਬੈਠਣ ਨੂੰ ਮੈਂ ਕਿਹਾ ਤੂੰ ਨੈਕਸਟ ਕਹਿ ਰਿਹਾ ਕਹਿੰਦਾ ਸਾਜੀ ਮੈਂ ਆਹੀ ਕਹੀ ਆ ਮੈਂ ਇਹੋ ਜਿਹੇ ਕੱਟ ਲਿਆ ਫਿਰ ਯਾਰ ਕੋਈ ਗੱਲ ਕਵੇ ਕਿ ਮੈਂ ਇਹਦੀ ਰਜ਼ਾਮੰਦੀ ਤੋਂ ਜਾਂ ਪੁੱਛੋ ਬਗੈਰ ਆਪਣੀ ਕੋਈ ਹਰਕਤ ਨਹੀਂ ਕੀਤੀ ਮਾਰ ਡੋਬ ਕੇ ਮਾਰ ਡੁੱਬ ਕੇ ਮਰ ਜਾ ਇਹ ਕਿੱਡਾ ਯੂਕੇ ਦੇ ਮਸਤਾ ਫਟੇ ਮੋਏ
खुददारी ना किते ना साहब जी लो 35 कट हूं कटे हूं क्यों तेन की तकलीफ मैं कुछ क्या देखी नादरी ने उस्ताद जी तुम कुछ क्या कट लिया मरोड़ी प्रोग्राम शुरू ही है तुसी यार जदो पहले ते खुददारी नाल मैसेज नहीं सी करना हुन कटेगे ने कोई यार खुददारी दे नाल नहीं गल यार पता नहीं बाकी भी जेड़े थे एदे दिल च सी के उस्ताद कहेगा नहीं नहीं है ना ना इन्हें अपनी लिए शोकी की थी मैं अल्लाह की कसम है ऐसी सी दिल च यार मरना एक दिन है तू डुब के ना मरेगा वैसे मर जाएगा इस कड़ी गल क्यों तेरे वड्डे रह गए कौन रह गया तेरा दादा पड़दादा दगड़ दादा दादा दिंदा कोई हैगा ਪਤਾ ਕੀ ਮੈਂ ਕਿਸੇ ਨੂੰ ਕਿਸੇ ਨੂੰ ਲੈ ਕੇ ਮਰਾਂਗਾ ਉਸਤਾਦ ਜੀ ਉਹ ਜਿਵੇਂ ਮੈਂ ਮਰਨ ਵਾਲਾ ਨਹੀਂ ਹੈਗਾ ਮਰਨਾ ਤੂੰ ਕਿਸੇ ਨਾ ਕਿਸੇ ਨੂੰ ਨਹੀਂ ਤੂੰ ਕਿਸੇ ਦੇ ਲੈ ਕੇ ਮਰਨਾ ਵਾ ਨਹੀਂ ਉਸਤਾਦ ਜੀ ਉਹ ਨਹੀਂ ਮੈਂ ਮਰਦਾ ਉਸ ਕੋਲੋਂ ਤੁਸੀਂ ਬੇਫਿਕਰ ਰਹਿਣਾ ਉਸਤਾਦ ਜੀ ਦੁਬਾਰਾ ਤੇਰੇ ਤੋਂ ਬਾਅਦ ਮੇਰੇ ਕੋ ਕੋਈ ਨਾ ਆਵੇ ਕਿ ਜੀ ਫੈਸਲ ਕੋ ਪੈਸੇ ਲੈਣੇ ਸੀ ਤੁਸੀਂ ਉਹਦੇ ਮਾਈ ਬਾਪ ਦਿਓ ਇਹ ਮੈਂ ਤੁਹਾਨੂੰ ਦੱਸ ਦਿਆਂ ਫਰੀਦ ਸਾਹਿਬ ਹਾਂਜੀ ਉਸਤਾਦ ਜੀ ਅੱਗੇ ਕਿੰਨੇ ਕੁ ਭਰੇ ਮੈਂ ਤੁਹਾਨੂੰ ਸਿਰਫ ਕਹਿ ਰਿਹਾ ਕੋ ਮੈਨੂੰ ਯਾਦ ਤੇ ਕਰਾਓ ਫੈਸਲ ਤੇਰੀ ਜਗ੍ਹਾ ਤੇ ਮੈਂ ਪੈਸੇ ਪੁੱਤਰ ਮੈਂ ਯਾਦ ਕਰਾ ਦਿਆਂ ਨਹੀਂ ਤੂੰ ਨਾ ਕਰ ਆ ਡੱਬ ਕੇ ਮਰ ਜਾ ਤੰਦੂਰ ਦੇ ਮੂੰਹ ਵਾਲਿਆ यार तू हर वरी ना तू डूंगा हो जा रहा डूब के उत्ते उत्ते रख लू नहीं इन्हें उस्ताद जी मैं डुब के मर जा बस हाँ डुब के मर इधर उस्ताद जी परसों असि गए आइडियल्स बेकरी दे कोलों नंगे आओ लो जी दानिश साहब कल मेरे को 100 रुपए मंगन दे उस्ताद जी तुसी आ सच्ची मैं शो तो हट के गल करन दे इस बंदे दा ज़र्फ चेक करो किड्डा छोटा उत्थे मैं ना शवारमा नाल लगा ते मेरे को पैसे नहीं सी मेरे को कार्ड सी ठीक है ते मैं कार्ड कढ के ना ते मैं उहनूं कहा भाई तुहाडे कोल ते कार्ड इत्थे हुण मैं की करां ते मैं कहा बैंक नेड़े ਕਹਿੰਦਾ ਫ੍ਰੀ 100 ਰੁਪਏ ਮੈਂ ਮੈਂ ਦੇ ਦਿੰਦਾ ਮੈਂ 200 ਰੁਪਇਆ 200 ਰੁਪਇਆ ਉਸਤਾਦ ਜੀ 100 ਰੁਪਈਆ ਨੇ ਸ਼ਵਾਰਮੈਨ ਦਾ ਦਿੱਤਾ ਇੱਥੇ ਕਿੰਨੇ ਬੰਦੇ ਬੈਠੇ ਜਿੰਨਾ ਚੋਂ ਅਸੀਂ ਮਤਲਬ ਕਿਸੇ ਬੰਦੇ ਦੇ ਅੱਗੇ ਨਹੀਂ ਵੀ ਕਰਦੇ ਗੱਲ ਖੁਦਾ ਦੀ ਕਿਸਮ ਨੇ ਉਸਤਾਦ ਜੀ ਸਾਰਿਆਂ 'ਚ ਕਹਿੰਦਾ ਫ੍ਰੀ ਸਾਹਿਬ ਤੁਹਾਨੂੰ ਮੈਂ ਕੱਲ੍ਹ ਉੱਥੇ ਸ਼ਵਾਰਮੈਨ ਦੇ ਪੈਸੇ ਦਿੱਤੇ ਸੀ ਉਹ ਵੀ ਮੇਰਾ 100 ਰੁਪਈਆ ਦੇ ਡੁੱਬ ਕੇ ਮਰ ਗਿਆ ਕਹਿ ਦੇ ਸਮਝ ਤੇ ਗਿਆ ਹੀ ਹੈ ਨਾ ਉਸਤਾਦ ਜੀ ਹੁਣ ਤੁਸੀਂ ਸਿਰਫ ਸਾਬਤ ਕਰਨਾ ਕਿ ਡੁੱਬ ਕੇ ਕੌਣ ਮਰੇ ਅੱਛਾ ਚਲੋ ਮਰਵਾਓ ਜ਼ਿੰਗਰ ਬਰਗਰ ਲੈ ਗਏ ਆ ਫਰੀਦ ਇਹਨੇ ਕਿਹਾ ਜੀ ਸਾਰਿਆਂ ਨੂੰ ਮੈਂ ਕਿਹਨੂੰ ਕਿਹਨੂੰ ਸਲਾਹ ਮਾਰਾਂਗਾ ਕਸਮ ਵਾਲੀ ਗੱਲ ਹੈ ਬਾਥਰੂਮ 'ਚ ਵੜ ਕੇ ਖਾ ਗਏ ਬਾਥਰੂਮ ਦਾ ਕੁੰਡਾ ਲਾਇਆ ਤੇ ਬਰਗਰ ਖਾਣ ਡਿਆ ਹੁਣ ਤੁਸੀਂ ਸਿਰਫ ਇਹਨਾਂ ਦਾ ਡੁੱਬ ਕੇ ਮੈਂ ਮਰਾਂ ਲੈਟਰੀਨ 'ਚ ਬਾਥਰੂਮ 'ਚ ਬਹਿ ਕੇ ਲੈਟਰੀਨ ਕਹਿ ਹਾਂ ਲੈਟਰੀਨ 'ਚ ਉਹ ਸਾਈਡ ਤੇ ਸੀ ਉਹ ਗੱਡੀ ਵੱਡੀ ਸਾਈਡ ਤੇ ਅੱਛਾ ਯਾਨੀ ਤੂੰ ਬੇਸਨ ਦੇ ਕੋਲ ਖਲੋ ਕੇ ਖਾਦਾ ਹਾਂ ਤੇ ਭਾਈ ਨੇ ਇੱਕੋ ਹੀ ਇਲਜ਼ਾਮ ਆ ਹਰ ਬੰਦੇ ਤੇ ਉਹ ਹੀ ਲਾਈ ਯਾਰ ਫਿਰ ਇਹਨੇ ਉਸਤਾਦ ਜੀ ਮੈਨੂੰ ਚੱਪਾ ਉਹ ਨਹੀਂ ਜੁੱਤੀ ਮੇਰੀ ਪੀਲੀ ਜੁੱਤੀ ਆਪੇ ਹੀ ਦੇ ਦਿੱਤੀ ਛਾਪਰ ਚ ਕਹਿੰਦਾ ਪਾ ਦੇ ਉਹਨੇ ਟੰਗ ਕੇ ਮੇਰੀ ਮੋਟਰਸਾਈਕਲ ਨਾਲ ਬਾਅਦ ਚ ਤੀਸਰੇ ਦਿਨ ਮੈਨੂੰ ਆ ਕੇ ਕਹਿਣ ਡਿਆ ਫਿਰ ਸਾਹਿਬ ਤੁਹਾਡੇ ਕੋਲ 600 ਰੁਪਈਆ ਉਹ ਜੁੱਤੀ ਦਾ ਵੀ ਡੁੱਬ ਕੇ ਮਰ ਜਾਏ ਤੂੰ ਇੱਦਾਂ ਕੀਤਾ ਸਾਜੀ ਮੇਰੀ ਗੱਲ ਸੁਣੋ ਮੈਨੂੰ ਕਹਿੰਦਾ ਜੀ ਫੈਸਲ ਭਾਈ ਯਾਰ ਮੇਰੇ ਕੋਲ ਕਾਰਡ ਹੈਗਾ ਇੱਕ ਤੇ ਕਾਰਡ ਲੈ ਕੇ ਬਹਿ ਗਏ ਉਸਤਾਦ ਜੀ ਖੁਦਾ ਦੀ ਕਸਮ ਜਿੱਥੇ ਵੀ ਜਾਂਦਾ ਕਾਰਡ ਕੌਣ ਚ ਭਾਵੇਂ ਰੁਪਈਆ ਨਾ ਹੋਵੇ ਕਾਰਡ ਇਹਦੇ ਕੋਲ ਲਾਜ਼ਮੀ ਹੁੰਦਾ ਨਹੀਂ ਨਹੀਂ ਫਰੀਦ ਬਿਆਸ ਦਾ ਗੁੱਡ ਬੰਦਾ ਮੇਰਾ ਉਹਦੇ ਨਾਲ ਲੈ ਲੈ ਚੱਲਦਾ ਵਾ ਮੈਂ ਭਾਈ ਨੂੰ 500 ਫੈਸਲ ਭਾਈ ਦਾ ਦੇਣਾ ਸੀ ਤੇ ਨਾ ਬਾਸ ਨੇ ਕਿਤੇ ਮੰਗਿਆ 500 ਤੇ ਕਹਿੰਦੇ ਤੂੰ ਦਾਨਿਸ਼ ਕੋਲੋਂ ਲੈ ਲਈ ਕੋਈ ਮਸਲਾ ਨਹੀਂ ਹੈ ਮੈਂ ਉਹਨੂੰ ਦੇ ਦਿੱਤਾ ਤੂੰ ਮਿੰਦਲ ਅੰਦਲ ਯਾਰ ਤੂੰ ਕਿਹਨੂੰ ਪੁੱਛ ਮੈਂ ਤੇਰੇ ਕੋਲੋਂ ਲੈਣਾ ਹੀ ਉਸਤਾਦ ਜੀ ਇਹ ਨਾ ਤੁਹਾਡੇ ਕੋਲੋਂ ਪੈਸੇ ਜਿੱਦਾਂ ਲੈਂਦਾ ਨਾ ਉਹ ਤੁਹਾਡਾ ਹਿਸਾਬ ਕਿਤਾਬ ਇਹ ਤੁਸੀਂ ਫਿਰ ਬਚ ਜਾਂਦੇ ਸਾਡੇ ਨਾਲ ਜਿਹੜੀ ਜ਼ਿਆਦਤੀ ਕਰਦਾ ਮੇਰੇ ਕੋਲ 600 ਵੀ ਲੈ ਲਿਆ 1000 ਰੁਪਈਆ ਫਿਰ ਲੈ ਲਿਆ ਫਿਰ ਮੈਂ ਉਸਤਾਦ ਜੀ 1500 ਦਾ ਫਰੂਟ ਦੇ ਘਰ ਬੱਚਿਆਂ ਲਈ ਲੈ ਕੇ ਗਿਆ ਵਾਂ ਠੀਕ ਆ ਆਪਣੇ ਬੱਚੇ
ਦੱਬ ਕੇ ਮਰ ਜਾ ਕਿੱਡਾ ਤੇਰਾ ਪੰਪ ਜਿੱਡਾ ਮੂੰਹ ਦਾ ਫਰੂਟ ਬੱਚੇ ਤੇਰੇ ਖਾ ਗਏ ਹਰਾਮ ਖਾ ਗਏ ਹਰਾਮ ਕਰਤਾ ਖਾ ਗਏ ਪੈਟਰੋਲ ਪੰਪ ਵਾਲੀ ਵੀ ਦੱਸ ਪੈਟਰੋਲ ਪੰਪ ਤੇ ਜਿਹੜਾ ਪੈਟਰੋਲ ਪੈਟਰੋਲ ਪੰਪ ਤੇ ਤੂੰ ਮੈਨੂੰ ਪੈਟਰੋਲ ਦਾ ਕਿਹਾ ਮੈਂ ਤੈਨੂੰ ਉਹ ਤੇ ਛੋਟੀਆਂ ਗੱਲਾਂ ਨੇ ਮੇਰੇ ਘਰ ਆਇਆ ਮੇਰੀ ਫ੍ਰਿਜ ਫੁੱਲੀ ਹੈ ਉਸਤਾਦ ਜੀ ਡੁੱਬ ਕੇ ਮਰ ਜਾ ਕਿਹੜੀਆਂ ਕਿਹੜੀਆਂ ਗੱਲਾਂ ਦੱਸਾਂ ਡੁੱਬ ਕੇ ਹੁਣ ਕੌਣ ਮਰੇਗਾ ਉਸਤਾਦ ਜੀ ਫ੍ਰਿਜ ਦਾ ਜਿਹੜਾ ਬੈਗ ਨਾ ਤੁਸੀਂ ਸਿਰਫ ਇਹਦਾ ਬੈਗ ਲਿਆ ਕੇ ਨਾ ਇੱਥੇ ਖੋਲਣਾ ਦੋ ਪਰਫਿਊਮ ਤੁਹਾਡੇ ਨਾਂ ਨਿਕਲਣ ਮੈਂ ਦੇਣ ਤਾਂ ਆ ਰਸਤਾ ਜੀ ਤੁਹਾਡਾ ਉਹ ਪਿਆ ਜੋ ਬੈਰ ਉਲਕੋ ਕੇ ਓਏ ਲੈ ਐਵੇਂ ਮਾਰ ਲੈ ਵੇ ਬੈਗ ਉਲਕ ਇੱਥੇ ਰੱਖ ਤੇ ਪਰਫਿਊਮ ਜਿਹੜਾ ਯਾਰ ਪਰਸਨਲ ਨਹੀਂ ਇੱਥੇ ਕੁਝ ਵੀ ਕਰਨਾ ਬਾਥਰੂਮ ਚ ਚੋਰੀ ਹੋਏ ਕਿੰਨੇ ਕੱਢੇ ਨੇ ਇਸ ਬੰਦੇ ਦੇ ਬੈਗ ਚੋਂ ਨਾਂ ਨਿਕਲਣ ਮੈਂ ਉਸਤਾਦ ਜੀ ਡੁੱਬ ਕੇ ਮਰਨ ਨੂੰ ਤਿਆਰ ਹਾਂ ਕੌਣ ਨਾਲ ਫੈਸਲ ਸਾਹਿਬ ਇੱਥੇ ਪਰਸਨਲ ਮਾਮਲੇ ਉਸਤਾਦ ਜੀ ਨਹੀਂ ਕੋਈ ਅਸੀਂ ਸ਼ੋ ਕਰੋ ਇਹਦਾ ਨਾ ਬੈਗ ਇੱਥੇ ਖੋਲੇ ਇੱਥੇ ਏਦਾਂ ਲੱਗਣਾ ਕੇਅਰ ਫਾਰਮਾਸੀ ਖੁੱਲ ਗਈ ਆ ਇੰਡੀਆਂ ਗੋਲੀਆਂ ਅੱਲਾ ਮਾਫੀ ਦੇਵੇ ਭਾਈ ਨੇ ਦਵਾਈਆਂ ਨਾਲ ਲਭਾ ਲਭ ਬੈਗ ਇਹਦਾ ਭਰਿਆ ਸ਼ੈਲਟਾ ਜਣੀਆਂ ਤੁਹਾਡੀ ਚੋਰੀ ਹੋਈ ਆ ਉਸਤਾਦ ਜੀ ਅੱਛਾ ਉਹ ਵੀ ਨਿਕਲ ਗਈ ਆ ਦੋ ਉਹ ਜਾਣ ਦੇ ਪਰਫਿਊਮ ਕੀ ਹੋ ਗਿਆ ਯਾਰ ਫਰੀਦ ਨਾ ਪਰਫਿਊਮ ਨਹੀਂ ਤੂੰ ਚੋਰੀ ਕੀਤਾ ਯਾਰ ਉਸਤਾਦ ਯਾਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਉਸਤਾਦ ਕੋ ਪੁੱਛ ਕੇ ਲੈ ਜਾ ਯਾਰ ਪਾਸਿਆ ਕਰ ਕੋ ਅੱਜ ਮੈਂ ਲੈ ਚੱਲਾਂ ਯਾਰ ਉਹ ਨਹੀਂ ਦਿੰਦੇ ਪੁੱਛ ਕੇ ਹੁਣ ਫਿਰ ਚੁੱਕਣਾ ਹੀ ਆ ਮੰਮੀ ਕਵਾਂ ਰੋਜ਼ ਹੀ ਮੈਨੂੰ ਆਣ ਕੇ ਕਹਿੰਦਾ ਚੈੱਕ ਕਰ ਚੈੱਕ ਕਰ ਉਹ ਇੱਥੇ ਨਹੀਂ ਲਾ ਕੇ ਆਂਦਾ ਭਾਈ ਨੂੰ ਪਛਾਣ ਆ ਸਾਰਿਆਂ ਦੀ ਉਹ ਨਹੀਂ ਮੈਂ ਕੁਝ ਵੀ ਨਹੀਂ ਚੁੱਕਿਆ ਹੈਗਾ ਬੈਗ ਮੇਰਾ ਜਿਹਨੇ ਹੱਥ ਲਾਇਆ ਮੈਂ ਇੱਥੇ ਵੇਖੀ ਕੀ ਕਰਦਾ ਕੁਝ ਵੀ ਨਹੀਂ ਹੁੰਦਾ ਚੱਲ ਯਾਰ ਦਫਾ ਕਰੋ ਲਾ ਕੇ ਬੈਠੋ ਕੁਝ ਨਹੀਂ ਚੁੱਕਿਆ ਤੇਰੋ ਸ਼ੁਰੂ ਤੋਂ ਚੁੱਕਿਆ ਨਹੀਂ ਮੇਰੇ ਤੇ ਆ ਦੋ ਪਰਫਿਊਮ ਜਿਹੜਾ ਕਹਿ ਰਿਹਾ ਝੂਠ ਬੋਲ ਰਿਹਾ ਮੇਰੇ ਤੇ ਸ਼ੱਕ ਅੱਲਾ ਦੀ ਕਸਮ ਨਹੀਂ ਮੈਨੂੰ ਪੂਰਾ ਯਕੀਨ ਆ ਕਿ ਇਹ ਸਹੀ ਕਹਿ ਰਿਹਾ ਮੇਰਾ ਬੈਗ ਬੂਗ ਨੂੰ ਕੋਈ ਵੀ ਉਹਦੇ ਚ 13,000 ਕਹਿ ਦਿਓ ਸਾਰੀ ਜ਼ਿੰਦਗੀ ਨਹੀਂ ਪਾਈ ਹੋਣੀ 3600 ਦੀ ਸ਼ਰਟ ਤੁਸੀਂ ਲੈ ਸਕਦੇ ਹੋ ਚੱਲ ਚੱਲ ਅਗਲੀ ਮੁਨਾਫਕਤ ਕਰ ਉਹਦੇ ਨੂੰ ਉਹਨੂੰ ਤੇ ਡੋਬ ਕਹਿੰਦਾ ਚੱਲ ਚੱਲ ਅਗਲੀ ਮੁਨਾਫਕਤ ਕਰ ਮੈਂ ਭਲਾ ਕਾਹਤੋਂ ਨਹੀਂ ਬੋਲਣਿਆ ਮੇਰੇ ਵੀ ਕੱਟੇ 20,000 ਚਲੋ ਤੁਸੀਂ ਤੇ ਮੈਸੇਜ ਹੀ ਕੀਤਾ ਸਾਹੀ ਮਾਫੀ ਨਾਲ ਮੈਂ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਜੀ ਜੀ ਉਹ ਸਾਜੀ ਯਕਦਮ ਚੇਂਜਿੰਗ ਦਾ ਮੈਨੂੰ ਸਮਝ ਹੀ ਨਹੀਂ ਲੱਗਦੀ ਗੱਲ ਇਹ ਹੈ ਕਿ ਮੈਂ ਆਰਾਮ ਨਾਲ ਬੈਠਾ ਤੁਸੀਂ ਮੈਨੂੰ ਮੈਸੇਜ ਕੀਤਾ ਸਾਜੀ ਤਨਖਾਹ ਚ ਮੇਰੇ 35,000 ਕੱਟ ਲੈਣਾ ਮੈਂ ਨਹੀਂ ਕੱਟਿਆ ਮੈਂ ਇੱਥੇ ਆ ਕੇ ਕਲੀਅਰ ਕੀਤਾ ਤੁਹਾਡੇ ਨੂੰ ਫੈਸਲ ਸਾਹਿਬ ਦਾ ਤੁਸੀਂ ਕਹਿੰਦੇ ਉਸਤਾਦ ਜੀ ਕੱਟ ਲੈਣਾ ਆਹੋ ਯਾਰ ਨਹੀਂ ਨਹੀਂ ਇੱਕ ਮਿੰਟ ਯਾਰ ਮੈਂ ਇੱਕ ਮੈਂ ਮੇਰੀ ਜਾਨ ਸੀ ਨਾ ਗਲਤ ਗੱਲ ਕਰਦੇ ਮੈਨੂੰ ਭਾਈ ਨੇ ਸੈਲਰੀ ਦਾ ਹਿਸਾਬ ਕਿਤਾਬ ਪੁੱਛਿਆ ਮੈਂ ਕਿਹਾ ਮੈਂ ਭਾਈ ਨੂੰ ਤੁਹਾਡੇ ਇੰਨੇ ਦੇਣੇ ਭਾਈ ਨੇ ਕਹਿੰਦੇ ਕੱਟ ਲੈ ਮੈਂ ਕਿਹਾ ਨਹੀਂ ਰਹਿਣ ਦਿਓ ਉਹਨਾਂ ਨੇ ਨਹੀਂ ਕੱਟੇ ਮੈਨੂੰ ਪੂਰੇ ਭੇਜੇ ਇੱਕ ਸੈਕਿੰਡ ਤੁਹਾਨੂੰ ਤਰੀਕਾ ਹੀ ਨਹੀਂ ਪਹਿਲੇ 20,000 ਰੁਪਏ ਲਿਆ ਸ਼ੋਖੀ ਮਾਰ ਲੈਣੀ ਕੱਟ ਲੈ ਇਸ ਨੈਕਸਟ ਸੈਲਰੀ 'ਤੇ ਫਿਰ ਬਾਅਦ ਚੋਂ ਪਛਤਾਈ ਜਾਣਾ ਯਾਰ ਯਾਰ ਤੁਹਾਨੂੰ ਵੀਹ ਇੱਕ ਤੇ 15,000 ਮੈਂ 35,000 ਰੁਪਈਆ ਲਿਆ 2-3 ਮਹੀਨੇ ਪੁਰਾਣੀ ਗੱਲ ਹੈ ਠੀਕ ਹੈ ਮੈਂ ਉਸਤਾਦ ਜੀ ਨੂੰ ਕਿਹਾ ਮੈਂ ਉਸਤਾਦ ਜੀ ਮੇਰਾ ਅਕਾਊਂਟ ਖਾਲੀ ਹੈਗਾ ਕੋਈ ਗੱਲ ਨਹੀਂ ਮੇਰਾ ਪੁੱਤਰ ਫਿਕਰ ਨਾ ਕਰ ਟੱਕ ਕਰਕੇ ਮੇਰਾ ਪੁੱਤਰ ਵੀ ਕਹਿ 20,000 ਰੁਪਈਏ ਮੇਰੇ ਇਹਨਾਂ ਨੇ ਇਹਨਾਂ ਇਹਨਾਂ ਨੇ ਤੈਨੂੰ ਕਿਹਾ ਮੇਰਾ ਪੁੱਤਰ ਹਾਂ ਕਹਿ ਦਿੱਤਾ ਕਦੀ ਜ਼ਿੰਦਗੀ ਕਹਿ ਦਿੰਦੇ ਆ ਨਹੀਂ ਕਿ ਠੀਕ ਹੈ ਫਿਰ ਉਸ ਤੋਂ ਬਾਅਦ 15,000 ਰੁਪਈਆ ਫਿਰ ਕੋਈ 10 ਕੇ ਦਿਨ ਬਾਅਦ ਮੈਂ ਉਸਤਾਦ ਜੀ 20,000 ਮੁੱਕ ਗਿਆ ਤੂੰ ਕੀ ਕਰਦਾ ਪੈਸੇ ਬਗੈਰ ਦੀ ਆ ਐ ਮੈਂ ਕਿਤੇ ਹੀ ਤੈਨੂੰ ਫਿਰ ਭੇਜੇ ਭਾਈ ਫਿਰ ਭੇਜ ਦੇ ਠੀਕ ਹੈ ਪਹਿਲ ਡੋਬ ਇੱਥੇ ਅੱਗੋਂ ਹੁਣ ਮੇਰੀ ਜਦੋਂ ਸੈਲਰੀ ਆਣੀ ਤੇ ਮੈਂ ਉਸਤਾਦ ਜੀ ਨੂੰ ਕਿਹਾ ਮੈਂ ਕਿਹਾ ਉਸਤਾਦ ਜੀ ਜਿਹੜੇ ਤੁਸੀਂ ਪੈਸੇ ਦਿੱਤੇ ਸੀ ਨਾ ਉਹ ਕੱਟ ਲੈਣਾ ਚੱਲ ਬਗੈਰ ਤਾਂ ਉਹ ਕੋਈ ਦੋ ਆ ਇਦਾਂ ਤੈਨੂੰ ਕਿਹਾ ਹੁਣ ਕਿਉਂ ਕੱਟੇ ਉਸਤਾਦ ਜੀ ਮੈਨੂੰ ਇਹਨੇ 3 ਗੱਲਾਂ ਕੀਤੀਆਂ ਨੇ ਕਿ ਇੱਕ ਵਾਰੀ 20 ਇੱਕ ਵਾਰੀ 15 ਫਿਰ ਮੈਂ ਕਿਹਾ ਕੱਟ ਲਓ ਉਸਤਾਦ ਜੀ ਨੇ 3 ਗੱਲਾਂ ਤੇਰੇ ਮੰਨਣ ਚ ਆਉਂਦਾ ਕਦੀ ਇਦਾਂ ਹੋਇਆ ਹੋਰ ਕਦੇ ਕਦੇ ਨਹੀਂ ਭੇਜ ਸਕਦੇ ਭੈਣ ਪੈਸੇ ਤੁਸੀਂ ਤੇ ਜ਼ਿੰਦਗੀ ਚ ਕਦੇ ਨਹੀਂ ਭੇਜੋ ਮੇਰੀ ਉਹ ਲਾਤ ਤਰਾਂ ਉਹ ਲਾਤ ਕੀ ਬੱਚਿਆਂ ਤਰ੍ਹਾਂ ਵਾ ਆਹੋ ਲਾਤ ਤਰ੍ਹਾਂ ਕਹਿੰਦਾ ਵੇਚ ਦੇ ਉਸਤਾਦ ਜੀ ਦਿਹਾੜੀਆਂ ਲਾਨਾ ਤੂੰ ਮਾਰੀ ਜੀ ਲਾਤ ਜਵਾਨ ਕਰਕੇ ਅੱਗੇ ਚਲੋ ਹੋਰ ਕੀ ਕਰਨੇ ਆ ਦੱਸ ਨਹੀਂ ਕੁੱਤਿਆਂ ਤੋਂ ਕੌਣ ਦਿਹਾੜੀ ਲਾਉਂਦਾ ਕੁੱਤਿਆਂ ਤੋਂ ਹੀ ਮਾਸ਼ਾ ਅੱਲਾ ਬਗੈਰ ਤਾਂ ਮੈਂ ਤੇਰੇ ਚਪੇੜ ਮੂੰਹ ਤੇ ਮਾਰ ਦੇਣੀ ਆ ਗਲਤ ਗੱਲ ਕਰਦਾ ਹੁੰਦਾ ਤੂੰ ਕੁੱਤਿਆਂ ਦਾ ਬਿਜ਼ਨਸ ਸ਼ੁਰੂ ਕੀਤਾ ਤੂੰ ਕੁੱਤਿਆਂ ਦਾ ਬਿਜ਼ਨਸ ਕੌਣ ਡੱਬ ਕੇ ਮਰ ਜਾ ਡੱਬ ਕੇ ਯਾਰ ਖਾਮ ਖਾਤਰ ਮਰ ਜਾਵਾਂ ਯਾਰ ਤੂੰ ਡੋਬ ਕੇ ਰੱਖ ਯਾਰ ਮੇਰੇ ਕੰਨ ਖਾ ਲੈਂਦੇ ਆ ਨਾ ਨਾਦਰੀ ਨੇ ਇੱਧਰ ਆਈ ਯਾਰ ਇੱਕ ਮਿੰਟ ਨਾਦਰੀ ਨੇ ਇੱਕ ਮਿੰਟ ਯਾਰ ਇੱਥੇ ਦੋ ਹੱਥ ਮਾਰੀਆਂ ਉਹ ਨਹੀਂ ਯਾਰ ਨਾ ਯਾਰ ਉਸਤਾਦ ਜੀ ਪਤਾ ਕੀ ਗੱਲ ਮੈਂ ਸਿਰਫ ਨਾ ਇੱਕ ਮੈਸੇਜ ਦੇਣਾ ਸੀਗਾ ਕਿ ਯਾਰ ਸਭ ਤੋਂ ਪਹਿਲੇ ਨੰਬਰ 'ਤੇ ਨਾ ਆਪਣੀ
ਗ੍ਰਿਫਤ ਮਜ਼ਬੂਤ ਕਰੋ। ਪ੍ਰੀਤ ਭਾਈ ਨੇ ਮਿਹਰਬਾਨੀ ਕਰਕੇ ਯਾਰ ਨਵੀਂ ਗੱਲ ਕੀਤੀ, ਲੋਕਾਂ ਦੀ ਗ੍ਰਿਫਤ ਮਜ਼ਬੂਤ ਕਰਾਈ, ਕੰਧ ਤੇਰੀ ਵਿੰਗੀ ਹੋਈ ਹੈ ਉਹ ਡੱਬ ਕੇ ਫਰ चलो डिप हो गए डाई हो गया फिर बूली खोते भेजदा दस मेरा भी मशीन का कटिया मैं कोई गल की काम चलिया डुब के मर जा नहीं पता की गल उस्ताद जी मैं ना थोड़ा जिहा एक क्वेश्चन करना चाहता सी कि एक दूसरे नूं ना एप्रीशिएट करना चाहिए उस्ताद जी किदां मसलन के यार किसी नूं कोई टेंशन नहीं देनी चाहिए गलतियां हो जांदियां गलती कादे लई हुंदी करन वास्ते हुंदी यार हुण राती उस्ताद जी मेरा बेटा 10,000 रुपये लैके गया मेरे को ते गवाया मैं उन्हूं कुछ भी नहीं कहा डुब के मैं यार नादरीन ओए इधर ले नादरीन असल आर्मी वाले नादरीन इधर दो हाथ पर यार मैं नादरीन दी चलो बैठो ਤੁਸੀਂ ਇਸ ਹੋਂ ਮਾਂ ਯਾਰ ਮੈਨੂੰ ਮਾਫ ਕਰ ਦੇਣਾ ਮੈਂ ਮੇਰੀ ਤਬੀਅਤ ਨਹੀਂ ਸਹੀ ਸਾਜ ਜੀ ਤੁਸੀਂ ਉਂਝ ਵੀ ਨਹੀਂ ਸਹੀ ਅੱਜ ਕੱਲ ਕਹਿੰਦੇ ਨੇ ਫੈਸਲ ਸਾਹਿਬ ਕਹਿੰਦੇ ਨੇ ਜਿੱਦਾਂ ਖਾਈਏ ਉਹਦੇ ਨਾਲ ਵੈਰ ਪਾਈਏ ਹਾਂ ਤੇ ਦੋ ਮਨਾਫਕਤ ਕਰੋ ਤੇ ਜਦੋਂ ਜਿੱਥੋਂ ਜਿੱਦ ਖਾਣਾ ਵਾ ਤੁਸੀਂ ਉੱਥੇ ਹੀ ਮੁਖਲਸ ਹੋਵੇ ਤੇ ਡੁੱਬ ਕੇ ਮਰ ਜਾਓ ਫਿਰ ਤੁਹਾਡਾ ਫਿਰ ਜੀਣਾ ਕੀ ਹੈ ਫਾਇਦਾ ਦਾ ਸਿਆਣੇ ਕਹਿੰਦੇ ਨੇ ਜਿਹੜਾ ਔਖੇ ਵੇਲੇ ਤੁਹਾਡੇ ਕੰਮ ਆਵੇ ਨਾ ਬਾਕੀ ਜਿੰਨੇ ਯਾਰ ਜਾਂਦੇ ਛੱਡਦੇ ਚਲੇ ਜਾਣ ਜਿਹੜਾ ਔਖੇ ਵੇਲੇ ਕੰਮ ਆਵੇ ਨਾ ਉਹਨੂੰ ਲਾਗੇ ਨਾ ਲਾਓ ਮੈਂ ਸਾਜੀ ਗੱਲ ਸੋਚੀ ਹੈ ਕਹਿੰਦੇ ਨੇ ਹਰ ਸ਼ਾਇਦ ਦੁਨੀਆਂ ਦੀ ਜਿਹੜੀ ਨਾ ਯਾਨੀ ਉਹ ਪਹਿਲੋਂ ਵਾ ਮਾਂ ਪਿਓ ਲੱਭ ਜਾਂਦੇ ਜੇ ਸ਼ਾਮਾਂ ਨਹੀਂ ਚ ਲੱਭਦੇ ਸਹੀ ਗੱਲ ਉਸਤਾਦ ਜੀ ਸਿਆਣੇ ਇਹ ਵੀ ਕਹਿੰਦੇ ਨੇ ਊਠਾਂ ਨਾਲ ਯਾਰੀ ਲਾਈਏ ਤੇ ਬਿੱਲੀ ਦੀਆਂ ਮੁੱਛਾਂ ਪਲੀਤ ਹੁੰਦੀਆਂ ਜੈਨੂਨ ਕਹਿਣ ਡਿਆ ਇਹਨੂੰ ਤੁਸੀਂ ਆਪਣੇ ਦਿਲ ਚ ਇਸ ਗੱਲ ਨੂੰ ਸਮਝਾ ਲਓ ਨਾ ਕਿ ਮਾਂ ਪਿਓ ਜਿਹੜਾ ਵਾ ਉਹ ਜਿੱਥੇ ਮਰਜ਼ੀ ਮਾਂ ਪਿਓ ਲੱਭ ਜਾਂਦੇ ਨਾ ਯਾਰ ਨਾ ਇਦਾਂ ਦੀ ਗੱਲ ਨਾ ਕਰੋ ਓਏ ਤੇਰੇ ਲੱਭ ਜਾਂਦੇ ਆ ਮਾਂ ਪਿਓ ਨਹੀਂ ਲੱਭਦੇ ਫਰੀਦ ਭਾਈ ਓਏ ਹੀਰੇ ਨਹੀਂ ਨੂੰ ਲੱਭਦੇ ਭੈੜੇ ਆ ਮਾਂ ਪਿਓ ਵੀ ਲੱਭਣ ਵਾਲੀ ਸ਼ੈ ਵਾ ਇਹ ਜਾਣੇ ਹੀ ਨਹੀਂ ਚਾਹੀਦੇ ਪੈਸਾ ਚਲਾ ਜਾਏ ਸਭ ਕੁਛ ਚਲਾ ਜਾਏ ਜੋ ਵੀ ਪੂਰੀ ਦੁਨੀਆਂ ਦੀਆਂ ਖੁਸ਼ੀਆਂ ਚਲੇ ਜਾਣ ਪਰ ਵਾਲਦਾ ਨਾ ਜਾਣ ਪ੍ਰੀਤ ਉਹ ਬਸ ਕਰਦੇ ਮੈਂ ਭਾਬੀ ਦੀਆਂ ਚੂੜੀਆਂ ਦਾ ਵਿਲਨ ਬਣ ਗਿਆ ਨਾਲ ਵਿਲਨ ਨਹੀਂ ਭੇਡੂ ਬਣਾ ਵਾਹ ਬਾਪ ਦੇ ਮਤਲਬ ਗੱਲ ਕਰ ਰਿਹਾ ਉਹ ਡੁੱਬ ਕੇ ਕਿਉਂ ਮਰ ਜਾ ਨਹੀਂ ਨਹੀਂ ਮੈਂ ਤੇ ਤੇਰੇ ਮਰਨ ਯਾਰ ਭਾਈ ਮੇਰੇ ਵਾਲਦਾਂ ਮੇਰੀ ਵਾਲਦਾਂ ਲਈ ਮੇਰੀ ਜਾਨ ਆਦਰ ਮੇਰੀ ਮਾਂ ਮੈਨੂੰ ਅੱਜ ਕਹੇ ਨਾ ਕਿ ਬੇਟਾ ਮਰ ਜਾ ਮੈਨੂੰ ਇਹ ਨਹੀਂ ਕਹਿੰਦੇ ਲੇਕਿਨ ਮੈਂ ਯਾਰ ਮਰ ਕੇ ਵੀ ਨਹੀਂ ਉਹਨਾਂ ਦਾ ਦੇਣ ਦੇ ਸਕਦਾ ਭਾਈ ਬਾਕੀ ਅਸੀਂ ਵੀ ਤੈਨੂੰ ਇੱਕ ਗੁਰ ਦੇ ਦਈਏ ਜ਼ਿੰਦਗੀ ਦਾ ਭਾਈ ਮੁਖਲਸ ਯਾਰ ਜੀ ਜ਼ਿੰਦਗੀ ਚ ਤਰੱਕੀ ਕਰਨੀ ਉਹਨਾਂ ਇੱਕ ਕੰਮ ਕਰਨੀ ਮੇਰੀ ਜਾਨ ਮੈਂ ਕਰਾਂਗਾ ਮਾਂ ਪਿਓ ਦਾ ਵਥਾ ਨਾ ਖਾਈ ਯਾਰ ਇੱਟੋ ਜੇ ਪਰੇ ਲੱਖ ਲਰਦ ਬਾਸ ਸਾਜੀ ਹੁਣ ਚੁਪੇਣਾ ਦਾ ਮੁਸਤਹਿਕ ਹੈ ਨਾ ਡੁੱਬ ਕੇ ਮਾਰ ਇਹਨੂੰ ਯਾਰ ਕੀ ਖੂਬਸੂਰਤ ਗੱਲ ਕੀਤੀ ਅਬਾਸ ਹਰ ਕਰਿਆ ਹੀ ਨਹੀਂ ਯਾਰ ਤੂੰ ਪੈਨ ਬਾਸ ਆਪਣੇ ਸਕੇ ਵਾਲਾ ਸਾਹਿਬ ਨੂੰ ਕਹਿੰਦੇ ਆ ਕਹਿੰਦਾ ਤੇਰੇ ਤੋਂ ਇਲਾਵਾ ਹਰ ਬੰਦਾ ਮੇਰੇ ਨਾਲ ਮੁਖਲਸ ਆ ਯਾਰ ਤੈਨੂੰ ਕੀ ਮਸਲਾ ਆ ਬਿਨਾਂ ਨਾਲ ਗੱਲ ਨਹੀਂ ਨਹੀਂ ਯਾਰ ਨਹੀਂ ਗੱਲ ਕੀ ਕਰ ਦਿੰਦੇ ਯਾਰ ਸਿਰਫ ਇੰਨੀ ਗੱਲ ਕਿ ਜਿੱਥੇ ਖਾਈਦਾ ਜਿੱਥੇ ਤੁਸੀਂ ਕਮਾਉਂਦੇ ਫੈਸਲ ਸਾਹਿਬ ਇਸ ਹੱਕ ਹਰਾਮ ਦੀ ਕਮਾਈ ਨੂੰ ਤੁਸੀਂ ਆਪਣੇ ਘਰ ਲੈ ਕੇ ਜਾਂਦੇ ਜੇ ਤੇ ਇਹਨਾਂ ਨੂੰ ਤੁਸੀਂ ਇਹਨਾਂ ਦੇ ਨਾਲ ਮੁਖਲਸ ਹੋ ਜਾਣਾ ਤੇ ਫਿਰ ਕਹਿੰਦਾ ਹੱਕ ਹਰਾਮ ਦੀ ਕਮਾਈ ਨਾਚ ਨਾ ਜਾਣੇ ਲੰਗੋਟੀ ਸਹੀ
छोटा मेरे तो कौन अद्धे ना बहुते छोटे मेरे तो बुरी गल बर्थ की है शनाख्ती कार्ड यह हुंदा सी सिर्फ पर्ची दे नाल लिख के दे दिंदे सी आ मेरा शनाख्ती कार्ड यह उदों दी गल आ सा जी अज दे मैनूं एक दिन अपनियां ते हिटलर दियां तस्वीरां दिखा इन्होंने मकान बनाया सी ते अपने मकान की कंध लिखिया सी हम कायदे आजम को यहाँ पर अनेक पर खुश आमदीद कहते हैं मैंने एक दिन दस्सिया सी जी मैंने भी तस्वीर दिखा दे कहते ऐ मैं ते नाल है मेरे फरौन अंकल फरौन अंकल ओह साजी दिखाई सी बड़ी पुरानी तस्वीर तुहाडा को वैलेट मसीह उस्ताद ने कहण ने अपनी वारी तू फिर रोन लग पेटू फिर कल दी गलताद जी पुराने पुराने इधरों सूरज निकलता इधरों घोड़े ने कहा पानी पी के अज भी करी जाओ सही गल कोई टेंशन नहीं है नहीं नहीं उमर का हिसाब हों सारे मेरी हूं मेरी बेगम मेरी मैं कहती तेरी उम्र जी लगती है तकरीबन मतलब 18-17 मैं कदी भी नहीं कोई गल मैं तेन जैन कहने हूं मैं लोग गोविंदा गोविंदा कहते मैं लोगों के मूह पढ़ लवान सारे कहने कोई गोविंदा कह रहे हैं कोई धर्मिंदर कह रहे यार जो भी है यार लेकिन यार असी सिर्फ और सिर्फ एक सलाह कर सकते हैं मैं सिर्फ और सिर्फ सारे कहना ना गिरफ्त मजबूत करो यार गलतियां जो कोई करता वा जो यार मौका दो हूँ वेख हूँ जानवरों की फरीद जानवरों से भी प्रोफेसनल जैलसी है हर चीज़ च मैं एक पढ़ रहा सी फेसबुक से कि यार खरगोश जमीन दे विच क्यों रहिंदा यार उन्होंने मेहने ही बड़े मारे बेचारा रेस हर गया खरगोश केड़ी गल हो गई उस्ताद जी जमीन दे विच वल के रहिंदा कि यार वो रेस हर गया केड़ी गल दोबारा लवा लो यार गैरत वाला गैरत वाला उस्ताद जी कई अज भी उत्ते बाकी बाकी बगैरत ने जेड़े मेहने मारी जान दे ने उन्होंने उस्ताद जी खरगोश नी बेचारी जान डी गाजरा लैन जान डी शेर कहंदा किधर जानी है बाजी कहंदी मैं गाजरा लैन कहंदा कछु को मेनू भेज दे जल्दी आ जाऊगा मेहने मार मार गई डुब के मरण वाला हो गया बेचारा उस जमीन च रहन लग पिया पता नहीं नजर ही नहीं अजकल वेख्या कितने है ही नहीं सही गल खरगोशां दी भाई जानो गैरत वाला सी ਭਾਜੀ ਖਰਗੋਸ਼ਾਂ ਦੀ ਹਿਸਟਰੀ ਦਾ ਤੁਹਾਨੂੰ ਪਤਾ ਤੁਸੀਂ ਵੇਖਿਆ ਸਮੁੰਦਰ ਦੇ ਵਿੱਚ ਤੁਸੀਂ ਅਕਸਰ ਜਾਓ ਨਾ ਸਮੁੰਦਰ ਦੇ ਵਿੱਚ ਭਾਫ ਨਿਕਲ ਰਹੀ ਹੁੰਦੀ ਸਵੇਰ ਹਾਂ 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 ਉਹ ਸਾਜ ਜੀ ਸਵੇਰ ਸਵੇਰ ਮੱਛੀਆਂ ਆਪਣਾ ਨਾਸ਼ਤਾ ਬਣਾਉਣ ਲਈਆਂ ਹੁੰਦੀਆਂ ਸਾਰੀ ਦੁਨੀਆ ਨੇ ਗੱਲਾਂ ਬਣਾਈਆਂ ਜਨਾਬ ਇੱਥੇ ਭਾਫ ਨਿਕਲਣ ਦੀ ਸਮੁੰਦਰ ਚੋਂ ਅੱਜ ਭਾਫ ਨਿਕਲਣ ਕਿਸੇ ਨੂੰ ਪਤਾ ਨਹੀਂ ਲੌਜੀਕ ਦੱਸ ਸਹੀ ਗੱਲ ਹੈ ਯਾਰ ਇਹ ਖਰਗੋਸ਼ਾਂ ਨੂੰ ਭਲਾ ਕਾਤੋਂ ਇਹ ਖੋਡੀ 'ਚ ਭਲਾ ਕਾਤੋਂ ਰਹਿੰਦੇ ਇਹ ਨਾ ਪਟਾਕਿਆਂ ਤੋਂ ਬਹੁਤ ਡਰਦੇ ਸਹੀ ਗੱਲ ਸੈਲੀਬ੍ਰੇਟ ਕੀਤਾ ਜਾ ਰਿਹਾ ਹਾਂਜੀ खरगोश मार गया कल
ਕਿਉਂ ਉਹ ਭਾਈ ਬਾਹਰ ਨਿਕਲਿਆ ਉਹਦੇ ਲਾਗੇ ਕਿਤੇ ਉਹ ਭਾਈ ਸਾਈਕਲ ਦੀ ਟੂਬ ਪਾਟੀ ਉਹਦੇ ਕੰਨ ਚ ਆਵਾਜ਼ ਪਈ ਉੱਥੇ ਖਰਗੋਸ਼ਾਂ ਨੂੰ ਖਤਮ ਕਰਨ ਲਈ ਆਰਮੀ ਦਾ ਓਪਰੇਸ਼ਨ ਕੀਤਾ ਗਿਆ ਕਿ ਇੰਨੇ ਹੈਵੀ ਹੋ ਗਏ ਸੀ ਖਰਗੋਸ਼ ਹਾਂ ਸਹੀ ਕਹਿ ਰਿਹਾ ਤੂੰ ਵੀ ਉਧਰੋਂ ਹੀ ਆਇਆ ਕਹਿੰਦੇ ਆਵਾਜ਼ ਆ ਜਿਹੜਾ ਪੰਜਾ ਇੰਨਾ ਹਾਰਡ ਆ ਇਹ ਪੱਥਰ ਜਿੱਦਾਂ ਸਰਾਖ ਕਰ ਦੇਗਾ ਹਾਂ ਉਹਦਾ ਪੰਛ ਜਿਹੜਾ ਹਾਂਜੀ ਪਰ ਮਰ ਗਿਆ ਜਦੋਂ ਜਿੰਦੇ ਤਾਂ ਨਹੀਂ ਜਦੋਂ ਮਰ ਜਾਵੇ ਨਾ ਉਦੋਂ ਆਕੜ ਜਾਂਦਾ ਉਦੋਂ ਨਾ ਪੰਜਾ ਆਕੜ ਜਾਂਦਾ ਫਿਰ ਉਹਦੇ ਨੋਹ ਵੀ ਬਾਹਰ ਨਿਕਲ ਆਉਂਦੇ ਫਿਰ ਤੁਸੀਂ ਜਿੱਦਾਂ ਮਰਜ਼ੀ ਮਰਨ ਤੋਂ ਬਾਅਦ ਹਾਂਜੀ ਜਿੰਦਾ ਤਾਂ ਨਹੀਂ ਉਹ ਜਿੰਦਾ ਦੇ ਬਲੱਡ ਚੱਲਦਾ ਹੁੰਦਾ ਨਾ ਨਰਮ ਹੁੰਦਾ ਜਿੰਦਾ ਪੋਲਾ ਹੁੰਦਾ ਹਾਂਜੀ ਪੰਜਾ ਲਾ ਕੇ ਉਹਦੇ ਨਾਲ ਨਹਾਉਂਦੇ ਆ ਭਾਈ ਡੱਬਾ ਨਹੀਂ ਉਸਤਾਦ ਜੀ ਜਿੰਨਾ ਤੁਸੀਂ ਇਹਦੇ ਤੇ ਕਰਦੇ ਹੋ ਨਾ ਪੈਸੇ ਲਾ ਦਿੱਤੇ ਦੇ ਦਿੱਤੇ ਨਾ ਨਹੀਂ ਯਾਰ ਮੈਂ ਸਿਰਫ ਦੁਆ ਪੈਸੇ ਲਾਉਣ ਨੂੰ ਅੱਲਾ ਆਪਣੀ ਜਨਾਬ ਚ ਦੋਵੇ ਯਾਰ ਦੁਨੀਆ ਕੱਟ ਲੈਂਦੀ ਹੈ ਪੈਸੇ ਇਹੀ ਗੱਲ ਅੱਛਾ ਜੀ ਬਸ ਅੱਲਾ ਆਪਣੀ ਜਨਾਬ ਤੁਸੀਂ ਦਿਆ ਵੀ ਕਰੋ ਨਾ ਜਿਹਦੇ ਕੋਲ ਲੈਂਦੇ ਉਹਨੂੰ ਦੇਣ ਦਾ ਇਰਾਦਾ ਕਿਉਂ ਨਹੀਂ ਰੱਖਦੇ ਯਾਰ ਕਿਉਂ ਯਾਰ ਭਰਾ ਸਮਝ ਕੇ ਨਹੀਂ ਦਿੰਦਾ ਕਬੀਰ ਜੀ ਗੱਲ ਕੀਤੀ ਕਹਿੰਦਾ ਦੁਨੀਆ ਕੱਟ ਲੈਂਦੀ ਹੈ ਕੱਟ ਲਫ਼ਜ਼ ਉਦੋਂ ਹੋਏਗਾ ਜਦੋਂ ਤੁਸੀਂ ਕਿਸੇ ਦੇ ਦੇਣੇ ਹੋਣਗੇ ਸਾਜੀ ਉਦੋਂ ਬੋਲ ਜੇ ਅਗਰ ਤੂੰ ਕਹਿੰਦਾ ਨਾ ਦੁਨੀਆ ਖੋ ਲੈਂਦੀ ਆ ਜੇ ਦੁਨੀਆ ਭਾਈ ਕੱਢ ਲੈਂਦੀ ਆ ਜੇਬ ਚੋਂ ਫਿਰ ਮੈਨੂੰ ਫੈਸਲ ਇੱਕ ਬੰਦੇ ਦੇ ਪੈਸੇ ਦੇਣੇ ਸੀ ਅੱਬਾ ਨੂੰ ਕਹਿੰਦਾ ਫੈਸਲ ਯਾਰ ਪੈਸੇ ਨਾ ਹੱਥ ਬੰਨ ਕੇ ਦੇਈ ਦਿੰਦੇ ਫੈਸਲ ਗਿਆ ਉਹਦੇ ਦੋਵੇਂ ਹੱਥ ਪਿੱਛੇ ਬੰਨੇ ਤੇ ਅੱਗੇ ਖਲੋਕੇ ਜਿਹਾ ਲੈ ਲਓ ਪੈਸੇ ਉਹਨੇ ਫੜੇ ਨੀ ਵਾਪਸ ਆ ਕੇ ਅੱਬੇ ਨੂੰ ਕਹਿੰਦਾ ਜੀ ਮੈਂ ਤੇ ਹੱਥ ਬੰਨ ਕੇ ਦਿੱਤੇ ਉਹਨੇ ਲਏ ਨੀ ਓਏ ਆਪਣੇ ਬੰਨੀ ਦੇ ਆ ਤੇ ਉਹਦੇ ਬੰਤੇ ਉਹਦੇ ਹੱਥ ਪਿੱਛੇ ਬੰਨ ਕੇ ਉਹਨੂੰ ਕਹਿੰਦਾ ਲਓ ਭਾਜੀ ਤੁਹਾਡੇ ਪੈਸੇ ਦੇ ਨਹੀਂ ਤੇਰੇ ਨਾਲ ਚੱਲਣ ਹੀ ਦੇ ਮਾਰਕੀਟ ਚ ਕਿੰਨੇ ਕੁੱਤੇ ਹੋਣ ਐ ਤੇ ਮੇਰੇ ਕੋ ਐ ਤੇ ਹਾਂ ਸ਼ੁਕਰ ਨਹੀਂ ਤੈਨੂੰ ਪਾ ਕੇ ਚਾਰ ਹੋ ਗਏ ਆ ਸ਼ੇਰ ਨੂੰ ਵੀ ਪਾ ਲੇ ਸਾਨੂੰ ਫੈਸਲ ਸਾਹਿਬ ਤੁਸੀਂ ਮੇਰੇ ਕੋਲ ਆਉਂਦੇ ਹੋ ਮੇਰੇ ਘਰ ਆਉਂਦੇ ਹੋ ਮੇਰੇ ਬੱਚਿਆਂ ਨੂੰ ਤੁਸੀਂ ਕਿੰਨੀ ਵਾਰੀ ਤੁਸੀਂ ਆਪਣੇ ਬੱਚੇ ਲਿਆ ਕੇ ਮੇਰੇ ਬੱਚਿਆਂ ਤੇ ਛੱਡ ਦੇ ਵੀ ਅੱਜ ਖਾ ਲਓ ਇਹਨਾਂ ਕੋਲ ਜੋ ਕੁਛ ਲੁੱਟ ਲਓ ਠੀਕ ਹੈ ਸਾਡੀ ਫਰਿੱਜ ਚੋਂ ਤੁਸੀਂ ਜੋ ਹੁੰਦਾ ਵਾ ਤੁਸੀਂ ਚੁੱਕ ਕੇ ਲੈ ਆਉਂਦੇ ਹੋ ਅੱਜ ਤੀਕਰ ਅਸੀਂ ਨਹੀਂ ਕਿਹਾ ਕੁਛ ਵੀ ਤਾਂ ਜੀ ਏਡੀ ਕੁ ਗੰਦੀ ਆਦਤ ਇਸ ਬੰਦੇ ਦੀ ਫਿਤਰਤ ਏਡੀ ਮਾੜੀ ਦਸ ਰੁਪਏ ਲਾ ਕੇ ਤੇ ਚੌਂ ਬੰਦਿਆਂ ਚ ਗਣਾਏਗਾ ਦਾਨੇ ਸਾਹਿਬ ਇਹ ਗੱਲ ਹੈ ਕਿ ਨਹੀਂ ਡੁੱਬ ਕੇ ਮਰ ਜਾ ਯਾਰ ਡੁੱਬ ਕੇ ਫਰਿੱਜ ਤੇਰਾ ਘਰ ਮੈਂ ਹੱਥੀ ਖਲੋ ਕੇ ਢਵਾਇਆ ਸਾਰਾ ਮੈਨੂੰ ਨੀ ਕਿਤੇ ਫਰਿੱਜ ਨਜ਼ਰ ਆਈ ਯਕੀਨ ਕਰ ਫਰਿੱਜ ਦੀ ਨਜ਼ਰ ਆਈ ਨਹੀਂ ਇੱਥੇ ਮਤਲਬ ਤੁਸੀਂ ਮੈਨੂੰ ਲੱਗਦਾ ਗਏ ਵੀ ਫਰਿੱਜ ਵੇਖਣੀ ਸੀ ਇਹਦੀ ਫਰਿੱਜ ਦਾ ਇੱਦਾਂ ਨੀ ਬੂਹਾ ਖੋਲੀ ਦਾ ਇਹਦੀ ਫਰਿੱਜ ਦਾ ਇੱਦਾਂ ਸ਼ੀਟਲ ਚੁੱਕਣਾ ਪੈਂਦਾ ਵਾ ਕਿੱਦਾਂ ਦੀ ਗੱਲ ਕਰਨਾ ਮੇਰੀ ਫਰਿੱਜ ਤੁਸੀਂ ਜਾ ਕੇ ਅੱਜ ਵੀ ਵੇਖ ਲਓ ਨਾ ਤਰਬੂਜ ਮੁੱਕੇ ਨੂੰ ਕਿੰਨੀ ਦੇਰ ਹੋਗੀ ਦਵਾਣਾ ਜੀ ਨੂੰ ਕਹਿੰਦੇ ਤੁਸੀਂ ਇੰਗਲਿਸ਼ ਉਹ ਹੱਲੇ ਵੀ ਦਵਾਣੇ ਚਾਰ ਪੰਜ ਹੇਠ ਉੱਥੇ ਲੱਗੇ ਨੇ ਤੁਹਾਡੇ ਘਰ ਅੱਜ ਵੀ ਕੋਈ ਫੰਕਸ਼ਨ ਹੋਵੇ ਤੇ ਦੁਮਚੀ ਪੱਕਦੀ ਹੁੰਦੀ ਅੱਜ ਵੀ ਸੱਚੀ ਮੁੰਜੀ ਅੱਜ ਵੀ ਉਹਨਾਂ ਘਰ ਕੋਈ ਵੱਡਾ ਫੰਕਸ਼ਨ ਹੋਵੇ ਨਾ ਹਾਂਜੀ ਤੇ ਪੋਟੇ ਗਲੇਜੀਆਂ ਬਣਦੀਆਂ ਜੀ ਠੀਕ ਹੈ ਸੌ ਰੁਪਏ ਵਾਲੀਆਂ
ਸਹੀ ਗੱਲ ਜੋ ਟੈਗ ਆ ਤੁਸੀਂ ਤੇ ਪਾਵੇ ਬੂਹੇ 'ਚ ਟੰਗੇ ਹੁੰਦੇ ਨਾ ਹਨਾ ਪੰਜੇ ਪਕਾ ਕੇ ਸਾਰਾ ਟੱਬਰ ਜਿਹੜਾ ਆਲੇ ਦੁਆਲੇ ਫਿਰੀ ਜਾਂਦਾ ਹੁੰਦਾ ਪਤਾ ਹੀ ਨੀ ਉਹਨਾਂ ਦੀ ਤਸਵੀਰ ਦਾ ਯਾਰ ਫੈਸਲ ਜਦੋਂ ਤੇਰੇ ਪਿਛਲੇ ਦਿਨ ਦੇਖ ਦਿੱਤੀ ਕਿੰਨੇ ਦੇਖ ਦਿੱਤੀ ਸਾਰਾ ਟੱਬਰ ਚੁੱਕ ਲਿਆ ਮਗਰ ਉਹ ਆਪਣੇ ਚਾਚੇ ਦਾਦਕੇ ਵੈਗਨ ਭਰ ਕੇ ਆ ਗਏ ਤੂੰ ਫਿਰ ਕੋਰਮੇ ਦੀ ਰੈਸਪੀ ਦੱਸ ਦੇ ਕੀ ਹੁੰਦਾ ਵਿੱਚ ਕੋਰਮਾ ਕਹਿੰਦੇ ਕਿਨੂੰ ਆ ਯਾਰ ਫਰੀ ਦੱਸ ਦੇ ਤੈਨੂੰ ਗਿਰੀ ਤੇ ਬਦਾਮ ਤੇ ਚਾਰੇ ਮਗਜ਼ ਠੀਕ ਹੈ ਜਨਾਬ ਜਾਨੀ ਸਾਹਿਬ ਥੱਲੇ ਕਮੈਂਟ ਵੇਖੀ ਸੁਣੀ ਉਸਤਾਦ ਜੀ ਕਿਹੜੇ ਕੰਮੇ ਲੱਗੇ ਅਸੀਂ ਯਾਰ ਸ਼ੋਅ ਕਰਨ ਡੇ ਵੇ ਤੂੰ ਲੰਮੇ ਪਏ ਲੰਮੇ ਹੋ ਗਏ ਸਾਨੂੰ ਵੀ ਸੁਸਤੀ ਪਈ ਇਹਦੀ ਫਰੀਦ ਯਾਰ ਹੋਣਾ ਚਾਹੀਦਾ ਇਧਰ ਇਹ ਪਤਾ ਕੀ ਸਾਡੇ ਤੇ ਸਿਰਫ ਰੋਪ ਜਮਾਉਂਦੇ ਨੇ ਛੋਟੇ ਡਾਂਗਾ ਚਿੱਤਰ ਅਸੀਂ ਖਾਣੇ ਆ ਇਹਨਾਂ ਨੇ ਏਦਾਂ ਹੀ ਵੇਖ ਲਿਆ ਆ ਉੱਠੇ ਨੇ ਅੰਦਰ ਅੰਦਰੋਂ ਵੀ ਲੰਮੇ ਪਿਆ ਉਠਾਇਆ ਮਸੀਂ ਗੰਦੀਆਂ ਫੈਸਲ ਸਾਹਿਬ ਜਿਹੜੀ ਉਧਰ ਮੇਰੇ ਮੁੱਕੀ ਮਾਰੀ ਸੀ ਮੈਂ ਮੇਰੇ ਦਿਲ ਤੇ ਬੱਜੀ ਆ ਫੈਸਲ ਯਾਰ ਬਰਹਲ ਨਾ ਪੈਸੇ ਤੇਰੇ ਨੀ ਕੱਟੇ ਇਹਨਾਂ ਨੇ ਇੱਥੇ ਜਿੰਨੇ ਬੰਦੇ ਨੇ ਨਾ ਇਮਲੀ ਤੱਕ ਪੁੱਛ ਕਿਸੇ ਬੰਦੇ ਨੂੰ ਕੀ ਲੋਕਾਂ ਦੇ ਵਿਚਾਰੇ ਤੇ ਬੀਬੀ ਇੱਕ ਮਿੰਟ ਅਸੀਂ ਮਜ਼ਦੂਰ ਆ ਮਜ਼ਦੂਰ ਦੇ ਨਾਲ ਇਹ ਹਾਲ ਯਾਰ ਮੇਰੀ ਗੱਲ ਸੁਣੋ ਤੁਸੀਂ ਸਾਰੇ ਏਕਾ ਕਰੋ ਲੇਬਰ ਕੋਰਟ ਇੱਕ ਹੈ ਵਾ ਉੱਥੇ ਆਪਣਾ ਬੰਦਾ ਵੀ ਵਾਕਫ ਆ ਉੱਥੇ ਆਪਾਂ ਦਰਖਾਸਤ ਦੇ ਦਿੰਨੇ ਲੇਬਰ ਕੋਰਟ ਸਾਡਾ ਕੰਮ ਹੋ ਸਕਦਾ ਵੈਸੇ ਜੇ ਤੂੰ ਨਾ ਨਾਲ ਜਾਵੇਂ ਮੈਂ ਤਾਂ ਜਾਣਾ ਹੀ ਨੀ ਕਿਉਂਕਿ ਮੈਨੂੰ ਤਾਂ ਕੋਈ ਸ਼ਿਕਾਇਤ ਹੀ ਨਹੀਂ ਸ਼ਿਕਾਇਤ ਆਵਾ ਕਿ ਯਾਰ ਅਸੀਂ ਹੋਰ ਯਾਰ 12 ਵਜੇ ਨਾ ਆਉਂਦੇ ਹਾਂ 12 ਵਜੇ ਤੂੰ ਲੈ ਕੇ ਅਸੀਂ ਰਾਤ 10 ਵਜੇ ਤੀਕਰ ਰਹਿੰਦੇ ਹਾਂ 2 ਘੰਟੇ ਦਾ ਸਾਡਾ ਸ਼ੋਅ ਆ ਯਾਰ ਠੀਕ ਹੈ ਨਾ ਘੰਟੇ ਦਾ ਸ਼ੋਅ ਆ 2 ਘੰਟੇ 'ਚ 2 ਸ਼ੋਅ 3 ਘੰਟੇ 'ਚ 3 ਸ਼ੋਅ 4 ਘੰਟੇ 'ਚ 4 ਸ਼ੋਅ ਅਸੀਂ ਕਰ ਸਕਦੇ ਹਾਂ ਯਾਰ ਅਸੀਂ ਸਿਰਫ ਟਾਈਮ ਜ਼ਾਇਆ ਕਰਦੇ ਹਾਂ ਅਸੀਂ ਸਿਰਫ ਵੇਖਦੇ ਹੁੰਦੇ ਹਾਂ ਉਸਤਾਦ ਜੀ ਉੱਠਣ ਮੂਡ ਬਣੇ ਕਿਸੇ ਬੰਦੇ ਨੂੰ ਮਿਲਣਾ ਕੋਈ ਇੱਧਰ ਕੋਈ ਇੱਧਰ ਤੁਹਾਨੂੰ ਪਤਾ ਨਹੀਂ ਨਹੀਂ ਮਾਮਲਾਤ ਨੀ ਓਦਾਂ ਹੀ ਫਿਰਦੇ ਰਹਿੰਦੇ ਯਾਰ ਮੇਰੀ ਗੱਲ ਸੁਣੋ ਇੱਕ ਕੰਮ ਤੁਹਾਨੂੰ ਦੱਸਾਂ ਹੁਣ ਤੇ ਇਹਨਾਂ ਦੇ ਕੋਈ ਕਰਪਸ਼ਨ ਕਰਪਸ਼ਨ ਦਾ ਕੇਸ ਪਾਈਏ ਜ਼ੁਲਮ ਕਰਦੇ ਸਾਡੇ ਤੇ ਜਿੱਦਾਂ ਸਾਡੇ ਪੈਸੇ ਕੱਟਦੇ ਹੈ ਜਿੱਦਾਂ ਸਾਨੂੰ ਦਫ਼ਤਰ ਆਉਂਦੇ ਆ ਵੜਦੇ ਆ ਸਾਰੇ ਟਾਂ ਰੋੜੇ ਗਾਲਾ ਕੋਈ ਹਿਸਾਬ ਲਾ ਕੋਈ ਪੁਲਿਸ ਵਾਲਾ ਬੰਦਾ ਹੋਵੇ ਨਾ ਮੇਰੀ ਗੱਲ ਸੁਣ ਆਪਾਂ ਨਾ ਵੀਡੀਓ ਲੀਕ ਕਰੀਏ ਕੁੱਟਦੇ ਹਨ ਜਦੋਂ ਤਸ਼ੱਦਦ ਹੋ ਰਿਹਾ ਹੋਵੇ ਨਾ ਉਦੋਂ ਕੋਈ ਜਣਾ ਲੁਕ ਕੇ ਵੀਡੀਓ ਬਣਾ ਲੇ ਠੀਕ ਫਿਰ ਉਹਨੂੰ ਵਾਇਰਲ ਕਰ ਦਾਂਗੇ ਚਲੋ ਠੀਕ ਕਿਉਂਕਿ ਜ਼ੁਲਮ ਦੇ ਖਿਲਾਫ ਲੇਕਿਨ ਮੈਂ ਇੱਕ ਗੱਲ ਹੈਰਾਨ ਆ ਵੇਖੀ ਲੋਕੀ ਫਿਰ ਵੀ ਪਿਆਰ ਕਰਦੇ ਥੱਲੇ ਕਮੈਂਟ ਕਰਨਗੇ ਜਾਨੀ ਭਾਈ ਮਾਰੀ ਜਾਨ ਹੈ ਯਾਰ ਸਾਡੀ ਤੇ ਜਾਨ ਹੀ ਆ ਭਾਵੇਂ ਲੇਕਿਨ ਮੈਂ ਨਾ ਸੱਚੀ ਮੁੱਚੀ ਯਾਰ ਮੇਰੀ ਉਸਤਾਦ ਮੇਰੀ ਜਾਨ ਆ ਭਲਾ ਕਿਉਂ ਮੇਰੀਆਂ ਡੋਰੀਆਂ ਰੱਬ ਤੇ ਆ ਨਾਜ਼ਰੀਨ ਸਾਡਾ ਸ਼ੋਅ ਜਿਹੜਾ ਹੋ ਗਿਆ ਖਤਮ ਤੇ ਉਸਤਾਦ ਹੁਣੀ ਸੌਂ ਗਏ ਨੇ ਇਹਨਾਂ ਨੂੰ ਭਾਵੇਂ ਸੁੱਤੇ ਰਹਿਣ ਕਿਹਾ ਸੀ ਵੀਡੀਓ ਤੋਂ ਬਾਅਦ ਚੱਲ ਜੇ ਚੱਲੀਏ ਉੱਠੋ ਫੈਸਲ ਸਾਹਿਬ
चंगा जी नाज़रीन सलाम अलैकुम बत्तियां बंद कर दे यार तू जाऊंगा तो होनी है।